ਕਹਿੰਦੇ ਜਿੱਥੇ ਤਪਦੀ ਗਰਮੀ ਤੋਂ ਪਰੇਸ਼ਾਨ ਲੋਕ ਮੀਂਹ ਦੀ ਉਡੀਕ ਕਰ ਰਹੇ ਸਨ ਉਧਰ ਜੁਲਾਈ ਮਹੀਨੇ 'ਚ ਅਜਿਹਾ ਮੀਂਹ ਪੈ ਗਿਆ ਕਿ ਲੋਕਾਂ ਦੀਆਂ ਸਮੱਸਿਆਵਾਂ ਵਿੱਚ ਵਾਧਾ ਹੁੰਦਾ ਵਿਖਾਈ ਦੇ ਰਿਹਾ ਹੈ। ਗੱਲ ਜੇਕਰ ਸੰਗਰੂਰ ਜ਼ਿਲ੍ਹੇ ਦੀ ਕੀਤੀ ਜਾਵੇ ਤਾਂ ਬੀਤੇ ਦਿਨ ਸੰਗਰੂਰ 'ਚ ਲਗਾਤਾਰ ਭਾਰੀ ਮੀਂਹ ਪਿਆ ਜਿਸ ਕਾਰਨ ਆਮ ਲੋਕਾਂ ਦੀਆਂ ਸਮੱਸਿਆਵਾਂ ਵੱਧ ਗਈਆਂ। एक पासे सरकारी सीनियर सेकेंडरी स्मार्ट स्कूल दिड़बा दी बारली कंध ही डिग पई जिस नाल सारे स्कूल विच पानी भर गया ते दूजे पासे सरकारी सीनियर सेकेंडरी स्कूल डूडियां विच भी लगातार भारी मीह कारण पानी भर गया है। हुण इन्हां दोहां स्कूलां वल्लों सरकार अगे गुहार लाई जा रही है कि इन्हां समस्यावां दा कोई पक्का हल कीता जाना चाहीदा है क्योंकि हर बार बरसातां दे मौसम च अजिहा होण नाल स्कूलां च पढ़ाउणा असंभव हो जांदा है। ਇਹ ਸਰ ਸਵੇਰ ਤੋਂ ਲਗਾਤਾਰ ਅੱਜ ਬਾਰਿਸ਼ ਹੋ ਰਹੀ ਆ ਤੇ ਤੇਜ਼ ਬਾਰਿਸ਼ ਹੋਣ ਦੇ ਕਾਰਨ ਸਕੂਲ ਦੀਆਂ ਚਾਰ ਦੀਵਾਰੀ ਵਾਲੀਆਂ ਜਿਹੜੀਆਂ ਕੰਧਾਂ ਨੇ ਉਹ ਪਹਿਲਾਂ ਤੋਂ ਹੀ ਕੁਦਰਤੀ ਮਤਲਬ ਪੁਰਾਣੀਆਂ ਨੇ ਬਹੁਤ ਜ਼ਿਆਦਾ ਤੇ ਬਾਰਿਸ਼ ਦੇ ਨਾਲ ਉਹ ਕੰਧਾਂ ਡਿੱਗ ਗਈਆਂ ਨੇ। ਚਾਰ ਦੀਵਾਰੀ ਸਾਡੀ ਡਿੱਗੀ ਆ ਮੇਨ ਸੜਕ ਦੇ ਕੋਲੋਂ ਤੇ ਲਗਾਤਾਰ ਸਾਰਾ ਬਾਹਰਲਾ ਪਾਣੀ ਅੰਦਰ ਆ ਰਿਹਾ ਜਿਹਦੇ ਕਰਕੇ ਸਾਨੂੰ ਵੀ ਬਹੁਤ ਪਰੇਸ਼ਾਨੀ ਹੋਈ ਅੰਦਰ ਆਉਣ ਦੀ ਤੇ ਗੋਡਿਆਂ ਤੋਂ ਉੱਪਰ ਉੱਪਰ ਪਾਣੀ ਸੀ ਜਿਹਦੇ ਵਿੱਚੋਂ ਦੀ ਅਸੀਂ ਬੜੀ ਮੁਸ਼ਕਲ ਨਾਲ ਲੰਘ ਕੇ ਆਏ ਹਾਂ। ਸਾਰਾ ਰਸਤਾ ਕੱਚਾ ਹੋਣ ਕਾਰਨ ਇੱਕ ਦੋ ਟੀਚਰਸ ਡਿੱਗੇ ਵੀ ਨੇ ਤੇ ਇਸ ਕਰਕੇ ਥੋੜ੍ਹਾ ਜਿਹਾ ਪ੍ਰਸ਼ਾਸਨ ਇੱਧਰ ਧਿਆਨ ਦੇਵੇ ਤੇ ਸਰਕਾਰ ਵੀ ਧਿਆਨ ਦੇਵੇ। ਚਾਰ ਦੀਵਾਰੀ ਸਾਡੀ ਨਵੀਂ ਇਹਦੀ ਬਣਨ ਦੇ ਲਈ ਗ੍ਰਾਂਟ ਆਉਣੀ ਚਾਹੀਦੀ ਆ ਤੇ ਬਾਕੀ ਰਸਤਾ ਵੀ ਜਿਹੜਾ ਮੇਨ ਗੇਟ ਤੋਂ ਆ ਅੰਦਰ ਤੱਕ ਦਾ ਇਹ ਜਲਦੀ ਤੋਂ ਜਲਦੀ ਪੱਕਾ ਕਰਵਾਇਆ ਜਾਵੇ। ਸਰਕਾਰ ਤੋਂ ਕੀ ਮੰਗ ਕਰਦੇ ਸਰ? ਇਹੀ ਮੰਗ ਕਰਦੇ ਹਾਂ ਵੀ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਆ ਬਾਰਿਸ਼ਾਂ ਦੇ ਵਿੱਚ ਅੰਦਰ ਆਉਣ ਦੇ ਲਈ ਤੇ ਹਾਜ਼ਰੀ ਬਹੁਤ ਘੱਟ ਜਾਂਦੀ ਆ ਬਾਰਿਸ਼ਾਂ ਦੇ ਦਿਨਾਂ 'ਚ ਤੇ ਬੱਚਿਆਂ ਦੇ ਲਈ ਔਖਾ ਅੰਦਰ ਆਉਣਾ ਤੇ ਸਾਰਾ ਸਟਾਫ ਵੀ ਬਹੁਤ ਮੁਸ਼ਕਲ ਨਾਲ ਹੀ ਅੰਦਰ ਆਉਂਦਾ ਜੀ ਤੇ ਜਲਦੀ ਤੋਂ ਜਲਦੀ ਗ੍ਰਾਂਟ ਦਿੱਤੀ ਜਾਵੇ ਚਾਰ ਦੀਵਾਰੀ ਲਈ ਵੀ ਤੇ ਰਸਤਾ ਪੱਕਾ ਕਰਨ ਦੇ ਲਈ। ਸਰ ਦੇਖਿਆ ਜਾਵੇ ਤਾਂ ਸਕੂਲ ਦੀ ਸਥਿਤੀ ਐਵੇਂ ਲੱਗ ਰਿਹਾ ਜਿਵੇਂ ਹੜ੍ਹਾਂ ਵਾਲੀ ਸਥਿਤੀ ਹੋਵੇ ਜੀ ਕਿਉਂਕਿ ਦੇਖੋ ਜਿੰਨੇ ਵੀ ਬੱਚੇ ਇੱਥੇ ਪੜ੍ਹਦੇ ਨੇ ਸਾਰੇ ਇੰਨੇ ਕੁ ਲੋੜਵੰਦ ਪਰਿਵਾਰਾਂ ਦੇ ਨਹੀਂ ਉਹਨਾਂ ਕੋਲ ਕੋਈ ਸਾਧਨ ਵੀ ਨਹੀਂ ਵੀ ਉਹ ਆ ਕੇ ਸਕੂਲ ਦੀ ਕੋਈ ਕਿਸ ਤਰ੍ਹਾਂ ਮਿੱਟੀ ਪਾ ਸਕਦੇ ਨੇ ਜਾਂ ਇਹਨੂੰ ਸੈੱਟ ਕਰਵਾ ਸਕਦੇ ਨੇ ਜਦੋਂ ਕਿ ਇਹ ਆ ਵੀ ਚਲੋ ਪਿੰਡ ਪੱਧਰ 'ਤੇ ਦਿੜਬੇ ਦੇ ਸਾਰੇ ਲੋਕਾਂ ਨੂੰ ਇੰਨਾ ਕੁ ਹੰਭਲਾ ਮਾਰਨਾ ਚਾਹੀਦਾ ਵੀ ਉਹ ਸਕੂਲ 'ਤੇ ਥੋੜ੍ਹਾ ਜਿਹਾ ਧਿਆਨ ਦੇਣ ਸਾਡੀ ਇੰਨੀ ਕੁ ਬੇਨਤੀ ਆ ਕਿਉਂਕਿ ਜਿੰਨਾ ਵੀ ਦਿੜਬੇ ਦਾ ਪਾਣੀ ਆ ਸਾਰਾ ਸਕੂਲ ਦੇ ਵਿੱਚ ਇਕੱਠਾ ਹੋਇਆ ਖੜਾ। ਬੱਚੇ ਨੇ ਜਿਹੜੇ ਸਕੂਲ ਦੇ ਵਿੱਚ ਆ ਨਹੀਂ ਸਕਦੇ ਜੇ ਆ ਵੀ ਰਹੇ ਨੇ ਤਾਂ ਬਹੁਤਾਂ ਦੇ ਸੱਟਾਂ ਲੱਗ ਰਹੇ ਨੇ ਕਿਉਂਕਿ ਪਹਿਲਾਂ ਇੱਕ ਗੱਡੀ ਵੀ ਅੰਦਰ ਆਈ ਸੀ ਉਹ ਵੀ ਨੁਕਸਾਨ ਹੋ ਗਿਆ ਗੱਡੀ ਦਾ ਅਤੇ ਉਹ ਵਾਪਸ ਲੈ ਕੇ ਗਏ ਨੇ ਬੱਚਿਆਂ ਨੂੰ ਛੱਡਣ ਆਏ ਸੀ ਜੀ ਉਹ। ਕੀ ਮੰਗ ਕਰਦੇ ਸਰ? ਇਹੀ ਕਰਦੇ ਜੀ ਵੀ ਸਕੂਲ ਆ ਜਿਹੜਾ ਇੱਕ ਸਕੂਲ ਦੀ ਤਰ੍ਹਾਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਉਹਨੂੰ ਜਿਹੜਾ ਰਸਤਾ ਉਹ ਪੱਕਾ ਕੀਤਾ ਜਾਵੇ ਜੀ। ਪਹਿਲਾਂ ਵੀ ਅਸੀਂ ਬਹੁਤ ਵਾਰ ਸਕੂਲ ਵੱਲੋਂ ਇਹ ਮੰਗ ਕਰ ਚੁੱਕੇ ਹਾਂਗੇ ਵੀ ਜਿਹੜਾ ਸਕੂਲ ਦਾ ਰਸਤਾ ਉਹ ਪੱਕਾ ਕਰੋ ਜੀ ਤਾਂ ਜੋ ਸਟਾਫ ਅਤੇ ਬੱਚੇ ਨੇ ਜਿਹੜੇ ਉਹ ਸੌਖੇ ਲੰਘ ਸਕਣ ਆ ਜਾ ਸਕਣ। ਉੱਚ ਅਧਿਕਾਰੀਆਂ ਨੇ ਧਿਆਨ 'ਚ ਲਿਆਂਦਾ? ਹਾਂਜੀ ਕਈ ਵਾਰ ਅਸੀਂ ਲਿਖ ਕੇ ਵੀ ਦੇ ਚੁੱਕੇ ਹਾਂ ਪਹਿਲਾਂ। ਇਹ ਪਾਣੀ ਵੀ ਇੱਕ ਤਾਂ ਬਾਰਿਸ਼ ਕਰਕੇ ਪਾਣੀ ਅੰਦਰ ਆ ਚੁੱਕਿਆ ਅਤੇ ਇੱਕ ਜਿਹੜਾ ਆਸੇ ਪਾਸੇ ਦਾ ਪਾਣੀ ਵੀ ਸਕੂਲ ਦੇ ਵਿੱਚ ਐਂਟਰ ਹੋ ਰਿਹਾ, ਇੱਧਰੋਂ ਵੀ ਕੰਧ ਦੇ ਵਿੱਚੋਂ ਦੀ ਆ ਰਿਹਾ। ਇੱਧਰ ਸਾਡੀ ਬਿਲਡਿੰਗ 'ਚ ਵੀ ਦੇਖੋ ਛੋਟੀ ਵੀ ਪੁਰਾਣੀ ਬਿਲਡਿੰਗ ਹੈ ਤਾਂ ਥੱਲੇ ਨੀਵੀਂ ਹੋਣ ਕਰਕੇ ਉਹਦੇ ਵਿੱਚ ਵੀ ਪਾਣੀ ਵੜ ਚੁੱਕਾ ਹੈ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਇੱਕ ਤਾਂ ਸਾਨੂੰ ਕਮਰਿਆਂ ਦੀ ਹੋਰ ਜ਼ਰੂਰਤ ਹੈ ਕਿਉਂਕਿ ਜਾਂ ਤਾਂ ਇਹਨਾਂ ਨੂੰ ਉੱਚਾ ਚੱਕਿਆ ਜਾਵੇ ਜਾਂ ਨਵੇਂ ਕਮਰੇ ਦਿੱਤੇ ਜਾਣ ਕਿਉਂਕਿ ਜਿਹੜੇ ਨਵੇਂ ਕਮਰੇ ਬਿਲਡਿੰਗ ਪਾਈ ਹੋਈ ਆ ਉਹ ਤਾਂ ਹੁਣ ਬਹੁਤ ਜ਼ਿਆਦਾ ਵਧੀਆ ਅਤੇ ਉਸ ਵਿੱਚ ਪਾਣੀ ਬਰਸਾਤ ਦਾ ਆਉਂਦਾ ਨਹੀਂ। ਇੱਕ ਸਾਨੂੰ ਰਸਤਾ ਵੀ ਪੱਕਾ ਕਰਨ ਵਾਸਤੇ ਗ੍ਰਾਂਟ ਚਾਹੀਦੀ ਹੈ। ਅੱਜ ਕੀ ਕੀ ਦਿੱਕਤ ਆ ਰਹੀ ਹੈ ਤੁਹਾਨੂੰ? ਸਾਨੂੰ ਆਉਣ ਜਾਣ ਦੀ ਬਹੁਤ ਦਿੱਕਤ ਹੋ ਰਹੀ ਹੈ ਕਿਉਂਕਿ ਅਸੀਂ ਉੱਧਰੋਂ ਵੀ ਨਹੀਂ ਆ ਸਕਦੇ ਜਦੋਂ ਹਾਈ ਸਕੂਲ ਤੋਂ ਐਂਟਰੀ ਕਰੀ ਦੀ, ਉੱਥੇ ਵੀ ਕੱਚਾ ਰਸਤਾ ਅਤੇ ਇੱਧਰ ਦੀ ਵੀ ਕੱਚਾ ਰਸਤਾ। ਅਸੀਂ ਤਾਂ ਬਹੁਤ ਵੀ ਔਖੇ ਹੋ ਕੇ ਆਏ ਹਾਂ ਸਕੂਲ ਦੇ ਵਿੱਚ। ਤੁਸੀਂ ਹਾਇਰ ਅਥਾਰਟੀ ਨੂੰ ਆਪਣੇ ਸੀਨੀਅਰ ਅਧਿਕਾਰੀ ਨੂੰ ਇਸ ਸੰਬੰਧੀ ਤੁਸੀਂ ਕੀਤਾ? ਹਾਂਜੀ ਪਹਿਲਾਂ ਵੀ ਉਹਨਾਂ ਨੂੰ ਦੱਸਿਆ ਹੋਇਆ ਇਸ ਬਾਰੇ। ਸਾਰਾ ਕੁਝ ਸਾਡੇ ਸਾਹਮਣੇ ਦਿਖਣ ਲੱਗ ਰਿਹਾ, ਵਾਅਦੇ ਕਰਦੇ ਨੇ ਆਉਂਦੇ ਨੇ ਵੋਟਾਂ ਮੰਗ ਕੇ ਲੈ ਜਾਂਦੇ ਨੇ, ਕੋਈ ਸਾਡਾ ਕੋਈ ਵਿਕਾਸ ਨਹੀਂ ਹੋ ਰਿਹਾ ਪਿੰਡ ਦਾ ਜੀ। ਪਿੰਡ ਦੇ ਵਿੱਚ ਦੇਖਿਆ ਘਰਾਂ ਦੇ ਵਿੱਚ ਵੀ ਲੋਕਾਂ ਦੇ ਪਾਣੀ ਵੜਦਾ, ਆਏ ਸਾਲ ਲੜਾਈ ਹੁੰਦੀ ਹੈ, ਪਾਣੀ ਵੱਢਣ ਕਾਰਨ ਲੜਾਈ ਹੁੰਦੀ ਹੈ ਪਿੰਡਾਂ ਵਿੱਚ। ਉਧਰ ਖੇਤਾਂ ਦੇ ਪਾਣੀ ਨਹੀਂ ਵੱਢਣਾ ਦਿੰਦੇ। ਗੁਰਦੁਆਰਾ ਸਾਹਿਬ ਦੇ ਗੇਟ ਅੰਦਰ ਪਾਣੀ ਡਿਸਪੈਂਸਰੀ ਹੈ ਤੁਹਾਡੀ, ਅਜੂਰਬਾਦ ਡਿਸਪੈਂਸਰੀ ਹੈ, ਅੱਗੇ ਖੇਡ ਸਟੇਡੀਅਮ ਹੈ, ਹਰ ਇੱਕ ਦੇ ਅੱਗੇ ਜਿਹੜਾ ਗੋਡੇ ਗੋਡੇ ਪਾਣੀ ਹੈਗਾ, ਇਹੀ ਰਹਿੰਦਾ ਜੀ। ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ? ਇਹ ਤੁਸੀਂ ਐਂ ਲਾ ਲਓ ਜੀ, ਆਏ ਸਾਲ ਇਹ ਮੁਸ਼ਕਲਾਂ ਵੱਧ ਤੋਂ ਵੱਧ ਵਧੀ ਜਾਂਦੀਆਂ ਨੇ। ਪਿਛਲੀ ਵਾਰ ਨਾਲੋਂ ਐਤਕੀ ਪਾਣੀ ਜ਼ਿਆਦਾ ਹੋ ਰਿਹਾ ਜੀ। ਸਕੂਲ ਦੇ ਬੱਚੇ ਕਿੰਨੇ ਨੇ? ਬੱਚੇ ਕਿੰਨੇ ਕੁ ਪੜ੍ਹਦੇ ਆ ਸਕੂਲ ਦੇ ਵਿੱਚ? ਬੱਚੇ ਬਹੁਤ ਪੜ੍ਹਦੇ ਜੀ, ਲਵੇ ਗਵਾਂਢ ਦੇ ਬੱਚੇ ਆਉਂਦੇ ਨੇ, ਭੂਤਗੜ੍ਹ ਤੋਂ, ਢੀਂਡਸਿਆਂ ਤੋਂ, ਹੁੰਗੇਗੜ੍ਹ ਤੋਂ, ਰਾਜਰੇ ਦੀ ਪੜ੍ਹਾਈ 'ਚ ਮੋਰਾ ਗਿਆ, ਬਾਹਰ ਪਿੰਡਾਂ ਦੇ ਬੱਚੇ ਆਉਂਦੇ ਨੇ ਸਕੂਲ 'ਚ ਪੜ੍ਹਾਈ 'ਚ ਮੋਰਾ ਰਿਹਾ। ਉਹ ਤਾਂ ਹਾਂਜੀ, ਅਤੇ ਜਦੋਂ ਕਿਤੇ ਲੀਡਰ ਵੋਟਾਂ ਵੇਲੇ ਆਉਂਦੇ ਨੇ ਜਾਂ ਵੈਸੇ ਆਉਂਦੇ ਨੇ ਪਿੰਡਾਂ ਦੇ ਵਿੱਚ, ਕਦੇ ਮੰਗ ਨਹੀਂ ਕੀਤੀ ਤੁਸੀਂ ਇਹ? ਆਈ ਵਾਰ ਵੀ ਹੁੰਦੀ ਹੈ ਜੀ, ਇਹ ਲਿਖਤੀ ਵੀ ਦਿੰਦੇ ਆ ਜੀ, ਪੰਚਾਇਤ ਵੀ ਕਹਿੰਦੀ ਹੈ ਵੀ ਸਾਡੀਆਂ ਇਹ ਮੰਗਾਂ ਨੇ, ਕਹਿ ਜਾਂਦੇ ਨੇ ਪਰ ਪੂਰੀਆਂ ਕੋਈ ਹੁੰਦੀਆਂ ਜੀ। ਹੁਣ
आस लगती है तुहानू कि जिहड़ी नवीं सरकार बनी है आम आदमी पार्टी की उन्होंने भी यही दावे ने कि असीं सिख्या ते सेहत दे खेत्र विच जिहड़ा थोड़ा टाइम होया आया नूं जी देखदे आ जी कुछ करनगे आस्था बनी हुई उन्हां ते जी कुछ करनगे चंगा करनगे पर लगता नहीं है कारण की कारण सोच हूँ की दसी सानूं जी कारण की लगता नहीं कुछ जी कुछ करनगे एक पासे तुसीं कह रहे हो थोड़ा समा है दूसरे पासे कह रहे हो भी लगता नहीं नहीं हालात देख के लगता नहीं है जी जो हालात हो रहे ने पंजाब दे कितने गैंगवार हो रहे हैं कितने कुछ हो रहा है किसी चीज़ में कोई नस नहीं पाई जा रही बच्चों ध्यान च रखते सब तो पहले बड़ी जरूरी है क्योंकि आले दुआले छप्पड़ है छप्पड़ होने करके सर रहा है जोड़े बच्चे ने कई बार सड़क इधर उधर ना हो जाए जी स्कूल की छुट्टी भी करनी पई है स्कूल के स्टाफ पूरा जो कमी है स्कूल पूरा स्टाफ है जी एक आम देखे लंबे समय तो देख रहे हैं जो स्कूल है ये इलाके के वधिया सेवावां निभा रहे हैं स्टाफ हैगा सिक्ख्या के खेत्र खेडे के खेत्र मल्ला भी मारे ने कितना कितने बड़ी कमी लगती है जी सर तुम चैक कर सकते हो पिछले 2018-19-20 की मैरिट चैक कर सकते हो पंजाब के चार चार पाँच पाँच बच्चे पहले बी ए चाहते रहे हैं प्लस टू क्लास के पिछे तो खेडा भी आप जानते ही हो कि खो खो के अच्छे लंबे समय तो छे के छे सैट चल रहे हैं जो पूरे पंजाब के इस डूडिया पिंड का ना इस इलाके का ना जो है रोशन करते हैं बच्चे किन्ने पढ़ते है बच्चे साढ़े को लगभग 650 बच्चे पिछले साल आले दुआले पिंड आले दुआले लगभग 7-8 पिंड के बच्चे ने इतने बड़ी मुश्किलों का सामना करना पैंता फिर है ना माहौल बनया बारिश करके थोड़ा जा माहौल फेस करना पैंता बच्चे बाकी बकायदा कोई दिक्कत नहीं है क्योंकि स्टाफ पूरा इतने लगभग पूरा का पूरा स्टाफ है बड़ा मेहनती स्टाफ है तो जो रिजल्ट ने वो वधिया मिल रहे हैं चाहे स्पोर्ट्स के खेत्र के चाहे स्टडी के खेत्र के।